ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਮੇਰੇ ਨਿਆਜ਼ ਦੀ ਕਾਬਲੇ ਇਤਰਾਮ ਜ਼ੁਰਗੋ ਦੋਸਤੋ ਅਜ਼ੀਜ਼ ਸਾਥੀਓ, ਜਿੰਨੇ ਵੀ ਇਸ ਮਹਿਫਲ ਵਿੱਚ ਤਸ਼ਰੀਫ ਫਰਮਾਇਓ, ਸਾਰੇ ਮੇਰੇ ਤਰਫੋਂ ਅਸਲਾਮ ਅਲੈਕੁਮ। ਉਸ ਤੋਂ ਬਾਅਦ ਇੱਕ ਦਫ਼ਾ ਸੋਹਣੇ ਨਵੀਂ ਕਲਮਾ ਯਾਦ ਕਰੋ ਤਾਂ ਕਿ ਇਸ ਪਾਕ ਮਹਿਫਲ ਆਗਾਜ਼ ਕਰੀਏ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਲਾ ਇਲਾਹ ਇੱਲੱਲਾਹ ਮੁਹੰਮਦ ਰਸੂਲਲ੍ਲਾਹ। ਸਰਕਾਰ ਦੇ ਆਲਮ ਦਾ ਇਹ ਫਰਮਾਨ ਆ ਕੇ ਜਿਸ ਜਗ੍ਹਾ ਦੋ ਚਾਰ ਮੁਸਲਮਾਨ ਭਰਾ ਇਕੱਠੇ ਹੋ ਕਲਮਾ ਪਾਕ ਯਾਦ ਕਰੀ ਕਿ ਨਿਆ ਕਰੋ ਸ਼ੈਤਾਨ ਮਰਦੂਦ ਸੁਣਾ ਸਿਆਣਾ। ਜਿਸ ਤਰ੍ਹਾਂ ਕਿ ਤੁਸੀਂ ਸਾਰਿਆਂ ਭਰਾ ਦੋਸਤੋ ਪਤਾ ਕਿ ਅੱਜ ਦੀ ਇਹ ਮਹਿਫਲ ਇੱਕ ਵੱਡੀ ਕੰਮ ਵਾਲੀ ਡਿਊਟੀ ਵਾਸਤੇ ਅਸਾਂ ਤੁਸਾਂ ਹਾਜ਼ਰ ਹਾਂ। ਦੁਆ ਕਰ ਰਹੇ ਹਾਂ ਅਸਾਂ ਤੁਸਾਂ ਦੀ ਹਾਜ਼ਰੀ ਜਿਹੜੀ ਆ ਕਬੂਲ ਹੈ, ਕਿਉਂਕਿ ਇੱਕ ਆਮ ਮਹਿਫਲ ਸ਼ਾਦੀ ਵਿਆਹ ਮਹਿਫਲ ਔਰ ਵਲੀ ਦੀ ਮਹਿਫਲ ਵਿੱਚ ਫਰਕ ਹੋਣਾ ਤੇ ਅੱਜ ਦੀ ਮਹਿਫਲ ਦਰਬਾਰੇ ਆਲੀਆ ਪੀਰ ਸੈਯਦ ਮਾਸੂਮ ਬਾਦਸ਼ਾਹ ਬਲੋਚ ਸਲਾਨਾ ਉਸ ਦੇ ਸਿਲਸਿਲੇ ਵਿੱਚ ਰਖੋ ਗਈ ਕਦੇ ਨਸ਼ੀਨ ਸਾਈਂ ਵਾਸੀ ਸਾਹਿਬ ਔਰ ਅੱਜ ਦੀ ਇਸ ਮਹਿਫਲ ਸਟੇਟ ਸੈਕਟਰੀ ਸਾਡੇ ਬੜੇ ਭਾਈ ਸ਼ੇਰ ਸਫ਼ਰ ਨਾਲ ਬੜਾ ਸਮਝ ਰੱਖਣੇ ਲਈ ਮਹਿਮੂਦ ਗਿਆਨੀ ਸਾਹਿਬ ਤੁਸੀਂ ਦੱਸੀ ਚੁੱਕੇ। ਅੱਜ ਦਾ ਪ੍ਰੋਗਰਾਮ ਜ਼ੇਰੇ ਸਰਪ੍ਰਸਤੀ ਸ਼ੌਕਤ ਅਬਾਸੀ ਸਾਹਿਬ, ਗੁਲਫਾਮ ਅਬਾਸੀ ਸਾਹਿਬ, ਬਰਿਆਮ ਅਬਾਸੀ ਸਾਹਿਬ, ਤੋਕੀਰ ਅਬਾਸੀ ਸਾਹਿਬ, ਕਮਰਾਨ ਅਬਾਸੀ, ਸਾਦਵ ਅਬਾਸੀ, ਕੈਸਰ ਅਬਾਸੀ, ਸਰਦਾਰ ਗਾਬਰ ਅਬਾਸੀ, ਅਬਦੁਲ ਅਮੀਰ ਗਿਆਨੀ, ਇਸਰਾਰ ਅਬਾਸੀ, ਤਾਰਕ ਅਬਾਸੀ ਔਰ ਅੱਜ ਦੀ ਇੰਤਜ਼ਾਮੀਆ ਸੁਹੇਲ ਅਬਾਸੀ, ਪਰਵਾਨਾ ਸਾਹਿਬ ਅਬਾਸੀ, ਵਜੀਦਰ ਰਹਿਮਾਨ ਦੁਖੀ, ਨੰਬਰਦਾਰ ਫੈਸਲ ਸਾਹਿਬ, ਅਮਰ ਗਿਆਨੀ ਸਾਹਿਬ, ਹਾਰਸ ਅਬਾਸੀ, ਉਮਰ ਅਬਾਸੀ, ਆਦਲ ਅਬਾਸੀ, ਅਰਿਆਨ ਅਬਾਸੀ, ਮਾਲਿਆਨ ਅਬਾਸੀ, ਨਕਾਸ਼ ਅਬਾਸੀ, ਮਜੀਬ ਅਬਾਸੀ, ਸ਼ਰਜੀਲ ਅਬਾਸੀ, ਇਬਰਤ ਅਬਾਸੀ, ਸਾਵਲ ਅਬਾਸੀ, ਸਿਆਮ ਅਬਾਸੀ, ਸ਼ਮਸ ਅਬਾਸੀ, ਅਦਰ ਅਬਾਸੀ, ਸਫੀਰ ਗਿਆਨੀ, ਸ਼ਬਾਨ ਅਬਾਸੀ, ਅਲਿਆਨ ਬਲੋਟ, ਓਰਾਜ ਨਬਰਾਮ, ਬਿਲਕੁਲ ਜਨਾਬ ਜਿਨ੍ਹਾਂ ਮਰੂਮਾਂ ਨੇ ਯਾਦ ਰਾਜਾ ਅਮਜਦ ਮਾਰੂਮ ਫੈਜ਼ਾਬਾਦ ਔਰ ਅਦਰੀਸ ਅਬਾਸੀ ਮਾਰੂਮ ਬਲੋਟ ਨਾਲ ਤਲਕ, ਅੱਲਾ ਪਾਕ ਇਹਨਾਂ ਮਰੂਮਾਂ ਦੀ ਜੰਨਤ ਦੀ ਜਾਲਾ ਮੁਕਾਮ ਨਾ ਫਰਮਾਉਣ ਔਰ ਕਬਰ ਅਸ਼ਰ ਦੀਆਂ ਮੰਜ਼ਲਾਂ ਸਾਨ ਫਰਮਾਉਣ ਤੇ ਜਿਤਨੇ ਵੀ ਦੂਰ ਨਜ਼ਦੀਕ ਤੋਂ ਸਾਡੇ ਭਰਾ ਆਏ ਔਰ ਇਹ ਇਬਰਾਹਿਮ ਬਯਾਦ ਰਹਿਮਤ ਅਬਾਸੀ ਮਾਰੂਮ ਔਰ ਬਖਸ਼ੀਸ਼ ਅਬਾਸੀ ਸਾਹਿਬ ਦੀ ਯਾਦ, ਨਰਾਸਬ ਅਬਾਸੀ, ਅਦੀਲ ਅਬਾਸੀ ਔਰ ਮਾਸੂਮ ਅਬਾਸੀ ਔਰ ਇਸ ਇਲਾਕੇ ਦੇ ਬੜੇ ਅੱਛੇ ਸ਼ਹਿਰ ਜਿਹੜਾ ਥੋੜ੍ਹਾ ਟਾਈਮ ਪਹਿਲਾਂ ਦੁਨੀਆ ਫਾਨੀ ਕਬੂਲ ਕਰਕੇ ਨੰਬਰਦਾਰ ਰਹਿਮਾਨ ਗੁਲਸ਼ਨ ਸਾਹਿਬ, ਸਾਡੇ ਬਾਈ ਚੌਧਰੀ ਖਾਲਸ ਸਾਹਿਬ ਇਸ ਵਜ੍ਹਾ ਵਿੱਚ, ਸਾਹਿਬ ਗਿਆਨੀ ਸਾਹਿਬ ਦੇ, ਮਹਿਮੂਦ ਗਿਆਨੀ ਸਾਹਿਬ ਦੇ ਭਾਜੇ, ਜਿਹਨੇ ਸਾਡੇ ਭਰਾ ਚੌਧਰੀ ਤਾਰਕ ਸਾਹਿਬ ਗੁਲਪੁਰ ਤੋਂ ਸਾਰੇ ਕੀ ਵੈਲਕਮ ਆਣੇ ਆ। ਵਲੀ ਮਹਿਫਲ ਹੈ, ਜਿਤਨੇ ਪਿਆਰ ਮੁਹੱਬਤ ਨਾਲ ਖਾਮੋਸ਼ੀ ਨਾਲ ਸੁਣਿਆ, ਸਭ ਕੋਸ਼ਿਸ਼ ਕਰ ਸਕਦੇ ਤੁਸੀਂ ਖੁਸ਼ ਕਰੀ ਜਾਓ। ਜੇ ਤੁਸੀਂ ਆਪਣੀਆਂ ਬਾਣੇ ਦੇ ਤਾਂ ਆਪਣੀਆਂ ਬਾਣੇ ਰਹੇ ਨਾ, ਤੁਸੀਂ ਸਵਾਦ ਅੱਛਾ ਲੱਗਦਾ ਸਾਰੇ, ਕਿਉਂਕਿ ਪੀਰ ਨਸੀਰੁਦੀਨ ਨਸੀਰ ਸਰਕਾਰ ਫਰਮਾਇਆ ਕਿ ਖਾਮੋਸ਼ੀ ਸੁਫਨ ਕੀ ਆਬਰੂ ਹੋਤੀ ਹੈ, ਖਾਮੋਸ਼ੀ ਸੁਫਨ ਕੀ ਆਬਰੂ ਹੋਤੀ ਹੈ, ਤਾਂ ਨਾ ਕੋਈ ਇਸ ਕੀ ਆਰਜ਼ੂ ਹੋਤੀ ਹੈ, ਫਿਤਰਤ ਨੇ ਦੀਆ ਇਸੇ ਤਕਦਮ ਕਾ ਸ਼ਰਤ, ਚੁੱਪ ਰਹਿਣੇ ਕੇ ਬਾਅਦ ਗੁਫਤਗੂ ਹੋਤੀ ਹੈ। ਜਿਤਨੀ ਖਾਮੋਸ਼ੀ ਨਾਲ ਸੁਣਿਆ ਹੈ, ਮੇਰੇ ਨਾਲ ਸਾਡੇ ਭਾਈ ਚੌਧਰੀ ਤਾਰਕ ਸਾਹਿਬ ਕਿਸਾ ਤਾਰਕ ਨੇ ਮੁਤਾਜ ਨਹੀਂ,
ਬੜੇ ਅੱਛੇ ਸ਼ਰਫਾਨ ਨੇ ਇਨਸ਼ਾਅੱਲਾ ਮੇਰੇ ਤੋਂ ਜ਼ਿਆਦਾ ਖੁਸ਼ ਕਰ ਸਕਦਾ। ਬਸ ਫਿਰ ਮੈਂ ਥੋੜ੍ਹੀ ਜਿਹੀ ਦੇਰੀ ਸਾਹ ਉਸ ਤੋਂ ਬਾਅਦ ਜੋ ਜਾਣਿਆ ਪੇਸ਼ ਕਰਦਾ ਜੀ ਹੋ ਜੀ। Thank you.
Thank you.
ਬਿਸਮਿਲਾ ਜੀ ਬਿਸਮਿਲਾ ਚੌਧਰੀ ਤਨਵੀਰ ਗੁੱਜਰ ਆਖ ਮਨ ਕਿਆਲਾ ਬਿਸਮਿਲਾ ਸੁਣਾਓ ਖੈਰ ਖਰੀਦ ਠੀਕ ਠਾਕ ਹੋ
ਜੀ ਬਿਸਮਿਲ੍ਲਾਹਿਰਰਹਿਮ। ਸਭ ਤੋਂ ਪਹਿਲਾਂ ਮੇਰੀ ਤਰਫੋਂ ਔਰ ਇਹਨਾਂ ਸਾਥੀਆਂ ਦੀ ਤਰਫੋਂ ਤੁਸੀਂ ਦੋਸਤਾਂ ਭਰਾ ਬਜ਼ੁਰਗਾਂ ਦੀ ਖਿਦਮਤ ਦੀ ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁਹ। ਉਸੇ ਤੋਂ ਬਾਅਦ ਜੈਸਾ ਕਿ ਤੁਸੀਂ ਦੋਸਤਾਂ ਹੀ ਪਤਾ ਕਿ ਅੱਜ ਦੀ ਇਹ ਮਹਿਫਲ ਦਿਵਾਲੀ ਦੀ ਜਿਸ ਦੇ ਵਿੱਚ ਅਸਾਂ ਤੁਸਾਂ ਦੋਸਤ ਸਾਲਾ ਸਾਲ ਇਸ ਖੂਬਸੂਰਤ ਮਹਿਫਲ ਵਿੱਚ ਇਕੱਠੇ ਹੋਣੇ ਹਾਂ। ਸਾਡਾ ਤੁਸਾਂ ਦੋਸਤਾਂ ਨਾਲ ਮਿਲਣ ਦਾ ਸਬੱਬ ਜਿਤਨੇ ਵੀ ਆਵਾਸੀ ਬਰਾਦਰਾਂ ਨੇ ਇੰਤਜ਼ਾਮੀਆ ਗਰੁੱਪ ਨੇ ਦੋਸਤ ਬੈਠੇ ਹੋਏ ਅਸੂਸੀ ਸਾਰੇ ਮੋਹਤਰਮ ਸੁਖਦ ਆਵਾਸੀ ਸਾਹਿਬ ਔਰ ਸਾਰੇ ਮੋਹਤਰਮ ਵਰਿਆਮ ਆਵਾਸੀ ਇਹਨਾਂ ਸਾਰਿਆਂ ਦੋਸਤਾਂ ਨੇ ਆਡਰ ਔਰ ਖਸੂਸੀ ਸ਼ਹਿਰੋਜ਼ ਕਿਆਨੀ ਸਾਹਿਬ ਸਾਡੀ ਮਹਿਫਲ ਵਿੱਚ ਸ਼ਹੀਦ ਕਿਆਨੀ ਸਾਹਿਬ ਮਖਦੂਮ ਅਲੀ ਹਲੀ ਰਵਾਸੀ ਸਾਹਿਬ ਔਰੰਗਜ਼ੇਬ ਸਾਹਿਬ ਔਰ ਦੀਗਰ ਇਹਨਾਂ ਨਾਲ ਜਿੱਤੇ ਹੋਏ ਦੋਸਤ ਰਜ਼ਾਕ ਆਵਾਸੀ ਸਲੋਕ ਇਕਰਾਮ ਆਵਾਸੀ ਬਖਸ਼ਿਸ਼ ਆਵਾਸੀ ਸਾਹਿਬ ਸਾਡੀ ਮਹਿਫਲ ਵਿੱਚ ਖਸੂਸੀ ਸਾਡੇ ਵਜ਼ਨ ਵਿੱਚ ਸਾਡੇ ਮਿੱਤਰ ਰਾਜਾ ਗੁਲਿਸਤਾਨ ਸਾਹਿਬ ਫੁਲਗਰਾਈ ਤੋਂ ਔਰ ਚਾਜੀ ਤਾਰਕ ਸਾਹਿਬ ਬਰਕੋ ਦੀਗਰ ਜਿਤਨੇ ਵੀ ਤੁਸਾਂ ਖੂਬਸੂਰਤ ਮਹਿਮਾਨ ਸਾਡੀ ਬਜ਼ਮ ਵਿੱਚ ਬੈਠੇ ਹੋਏ ਮੈਂ ਆਪਣੀ ਤਰਫੋਂ ਔਰ ਮੋਹਤਰਮ ਜਨਾਬ ਚੌਧਰੀ ਇਤਸ਼ਾਮ ਗੁਜਰ ਸਾਹਿਬ ਦੀ ਤਰਫੋਂ ਸਾਰਿਆਂ ਦੋਸਤਾਂ ਦੀ ਖੁਸ਼ ਅਮਦੀਦ ਵੈਲਕਮ ਕਹਿਣਾ। ਮੀਆਂ ਸਾਹਿਬ ਨੇ ਅਰਸ਼ਾਦ ਫਰਮਾਇਆ ਕਿ ਅੱਛੇ ਬੰਦੇ ਦੀ ਸੋਭਤ ਜਿਵੇਂ ਦੁਕਾਨ ਅਤਾਰਾ ਸੌਦਾ ਭਾਵੇਂ ਲਈਏ ਨਾ ਲਈਏ ਉਹ ਲੈ ਆਣ ਹਜ਼ਾਰਾਂ। ਅੱਛੇ ਬੰਦੇ ਕੋਲ ਬਸ ਅੱਛੀ ਗੱਲ ਮਿਲਸੀ ਸਾਡੀ ਵਜ੍ਹਾ ਵਿੱਚ ਸਾਡੇ ਮਿੱਤਰ ਮਨੋਜ ਪਿਆਰੀ ਸਾਹਿਬ ਜਿਹੜੇ ਕਿ ਕਿਸੇ ਤਾਰਫ ਦੀ ਮਤਾਜ ਨਹੀਂ ਖਸੂਸੀ ਅੱਜ ਦੀ ਇਹ ਮਹਿਫਲ ਸਾਡੇ ਮੋਹਤਰਮ ਅਦਰੀਸ ਮਰਹੂਮ ਆਵਾਸੀ ਸਾਹਿਬ ਇਹਨਾਂ ਨੇ ਯਾਦ ਔਰ ਅਮਜਦ ਆਵਾਸੀ ਸਾਹਿਬ ਦੀਗਰ ਜਿਤਨੇ ਵੀ ਦੋਸਤ ਇਸ ਦੁਨੀਆਂ ਸਾਨੂੰ ਤੋਂ ਪਰਦਾ ਫਰਮਾ ਗਏ ਸਾਰਿਆਂ ਦੋਸਤਾਂ ਦੀ ਯਾਦ ਕੀਤੀਆਂ ਮਹਿਫਲ ਸ਼ੁਰੂ ਕਰਦੇ ਹਾਂ। ਰਾਜੀਵਾਲ
ਕਿਸੇ ਨਾਲ ਦੋਸਤੀ ਹੈ ਤਾਂ ਹੱਕ ਵਾਸਤੇ ਆਉਣੀ ਚਾਹੀਦੀ ਹੈ,
ਅਗਰ ਕਿਸੇ ਨਾਲ ਦੁਸ਼ਮਣੀ ਹੈ ਤਾਂ ਸਿਰਫ ਆਪਣੀ ਖਾਤਰ ਹੋਣੀ ਚਾਹੀਦੀ ਹੈ, ਜ਼ਾਤੀ ਨਹੀਂ ਹੋਣੀ ਚਾਹੀਦੀ। ਮੇਰੀ ਦੋਸਤੀ ਦੁਸ਼ਮਣੀ ਹਰ ਵਾਸਤੇ ਕਿਸੇ
ਆਖਿਆ ਨਾ ਕਿ ਦਰਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਫ਼ ਹੋ ਵਰਨਾ ਤਾਂ ਮੈਂ ਕੰਮ ਨਾ ਥੇ ਕਰੋ ਪਿਆ ਅੰਡੇ ਨੂੰ ਪੈਦਾ ਕੀਤਾ ਸੀ ਦੋ ਨੇ ਦਰਦ ਮੰਨਿਆ ਹੈ ਅਗਰ ਇੱਕ ਦੂਏ ਨੇ ਦਰ ਦੇ ਦੀ ਤਾਂ ਫਿਰ ਉਹ ਬੰਦਾ ਕੈਸਾ ਇਨਸਾਨ ਕੈਸਾ ਲੇਕਿਨ ਬਾਸੀ ਸਾਹਿਬ ਚੰਗਾ ਇਹ ਹੋਣਾ ਜਿਸ ਕੀ ਲੋਕ ਆਖਰ ਚੰਗਾ ਚੰਗਾ ਨਹੀਂ ਬਣਨਾ ਆਪ ਚੰਗਾ ਚੰਗਾ ਨਹੀਂ ਨਾਲ
Oh,
ਆਸਾਨੀਆਂ ਨਹੀਂ ਕਰੂੰ। ਮੇਰੇ ਬਹੁਤ ਪਿਆਰੇ ਭਾਈ ਮੈਂ ਲੋਕੀ ਆਪਣੀ ਫਸਲ ਵਿੱਚ ਵੈਲਕਮ ਆਉਣਾ।
ਤੇ ਆਪਣੇ ਸਾਹਮਣਾ ਸ਼ੇਰ ਉਹਨਾਂ ਦੀ ਨਜ਼ਰ ਕਰ ਰਹਾ ਹਾਂ। ਸਰਕਾਰਾਂ ਨੇ ਸਭ ਦੀ ਖਬਰ ਰੱਖੇ, ਸਭ ਦੀ ਖਬਰ ਰੱਖੇ, ਸਭ ਦੀ ਖਬਰ ਲੈਂਦਾ, ਸਭ ਦੀ ਖਬਰ ਰੱਖੇ, ਐਸਾ ਹੋਰ ਕੋਈ ਨਹੀਂ ਜਿਹੜਾ ਸਾਰਿਆਂ ਦੀ ਖਬਰ ਰੱਖਣ ਵਾਲਾ ਹੈ। ਕੀ ਆ ਉਹ ਮਾਲਕੇ ਕੋਲ ਸਭ ਦੀ ਖਬਰ ਰੱਖੇ, ਸਭ ਦੀ ਖਬਰ ਲੈਂਦਾ, ਜਿਤਨੇ ਵੀ ਇੰਤਜ਼ਾਮੀਆ ਗਰੁੱਪ ਦੇ ਦੋਸਤ ਮਹਿਮਾਨ ਬੈਠੇ ਹੋਏ, ਸਾਰਿਆਂ ਦੋਸਤਾਂ ਦੀ ਚਾਹਤ ਦੇ ਮੁਤਾਬਕ ਚੰਦ ਸ਼ੇਰ ਮੈਂ ਆਪਣੇ ਦੋਸਤਾਂ ਨੂੰ ਸੁਣਾਉਣੇ ਆ ਤੇ ਸਰਕਾਰ ਫਰਮਾਏ ਵਾਜੀ ਆ। ਸਲਾਮ ਅਲੈਕੁਮ ਸਾਰਿਆਂ ਕੀ ਸਲਾਮ ਦੁਆ, ਸਾਰੇ ਦੋਸਤ ਭਰਾ ਠੀਕ ਠਾਕ ਆ ਰਹੀ ਮੇਰੀ। ਪੈਟਰੋਲ ਮੁੱਕੀ ਗਿਆ ਜਨਰੇਟਰ ਹੈ ਜੀ,
ਬਣੇ ਤੇ ਫਿਰ ਮੈਂ ਪੁੱਛਣਾ ਆਇਆ ਬਸ।